ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਨਵਦੀਪ ਸਿੰਘ ਲੁਧਿਆਣਵੀ ਅੱਜ ਤੁਹਾਡੇ ਲਈ ਇੱਕ ਅਲੱਗ ਤੋਂ ਟਿਊਟੋਰੀਅਲ ਲੈ ਕੇ ਆਇਆ ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਪੱਗ, ਟਾਈ, ਪੈਂਟ ਅਤੇ ਬਲੇਜ਼ਰ ਨੂੰ ਕਿਸ ਤਰ੍ਹਾਂ ਸਿਲੈਕਟ ਕਰਨਾ ਹੈ ਅਤੇ ਤੁਹਾਡੀ ਮੈਚਿੰਗ ਹੈ ਜਿਹੜੀ ਉਹ ਕਿਸ ਤਰ੍ਹਾਂ ਤੁਹਾਨੂੰ ਅਟਰੈਕਟਿਵ ਦਿਖਾ ਸਕਦੀ ਹੈ, ਜੇ ਕਹਿ ਲਓ ਬਹੁਤ ਵਧੀਆ ਤੁਹਾਨੂੰ ਮੈਚਿੰਗ ਆਪਾਂ ਦੱਸਾਂਗੇ। ਅਤੇ ਦੇਖੋ, ਗੱਲ ਇਹ ਆ ਕਿ ਬੰਦੇ ਨੇ ਮੈਚਿੰਗ ਜਿਹੜੀ ਹੈ ਨਾ, ਬੰਦੇ ਨੇ ਆਪਣੇ ਦਿਮਾਗ ਦੀ ਸੋਚ ਹੋਣੀ ਚਾਹੀਦੀ ਥੋੜ੍ਹੀ ਜਿਹੀ। ਤੁਸੀਂ ਨੈੱਟ 'ਤੇ ਸਰਚ ਕਰ ਰਹੇ ਹੋ ਕਿਸੇ ਵੀ ਤਰੀਕੇ ਦੀ ਮੈਚਿੰਗ ਨੇ, ਤੁਸੀਂ ਉਹ ਵੀ ਪ੍ਰੈਫਰ ਕਰ ਸਕਦੇ ਹੋ ਵੈਸੇ, ਪਰ ਜਿਹੜੀ ਮੈਚਿੰਗ ਤੁਹਾਨੂੰ ਪਸੰਦ ਆ ਤੁਸੀਂ ਉਹ ਕਰੋ। ਦੇਖੋ, ਬਹੁਤ ਲੋਕ ਕਿਸੇ ਵੀ ਤਰ੍ਹਾਂ ਦੇ ਕਹਿੰਦੇ ਨੇ, ਕਈਆਂ ਨੇ ਮੈਨੂੰ ਵੀ ਅੱਜ ਕਿਹਾ ਹੋਣਾ ਕਿ ਇਹ ਮੈਚਿੰਗ ਸਹੀ ਨਹੀਂ ਲੱਗਦੀ ਹੈ, ਯੇ ਵੋ ਵਗੈਰਾ ਵਗੈਰਾ। ਬਸ ਬੰਦੇ ਨੇ ਮਨ ਨੂੰ ਟਿਕਣੀ ਚਾਹੀਦੀ ਹੈ ਕੋਈ ਚੀਜ਼, ਬਾਕੀ ਸਭ ਕੁਝ ਦੁਨੀਆ 'ਤੇ ਛੱਡ ਤੋਂ ਦੁਨੀਆ ਤਾਂ ਬਹੁਤ ਕੁਛ ਕਹਿੰਦੀ ਹੈ, ਠੀਕ ਹੈ ਜੀ। ਹੁਣ ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਦੇਖੋ ਕੋਈ ਵੀ ਡਾਰਕ ਕਲਰ ਦੀ ਜਾਂ ਆਪਾਂ ਕੋਈ ਵੀ ਦਸਤਾਰ ਸਜਾਉਂਦੇ ਹਾਂ, ਅਸੀਂ ਹਮੇਸ਼ਾ ਟਾਈ ਜਿਹੜਾ ਹੈਂਕੀ ਆ ਅਤੇ ਜਿਹੜੀ ਟਰਾਊਜ਼ਰ ਆਪਣੀ ਜਿਹਨੂੰ ਆਪਾਂ ਪੈਂਟ ਕਹਿ ਦਿੰਦੇ ਹਾਂ, ਠੀਕ ਹੈ ਜੀ, ਇਹਨੂੰ ਆਪਾਂ ਹਮੇਸ਼ਾ ਆਪਣੀ ਦਸਤਾਰ, ਟਾਈ ਅਤੇ ਪੱਗ ਨਾਲ ਦੇ ਹੀ ਰੱਖਣਾ। ਹੋ ਸਕਦਾ ਤੁਹਾਡੇ ਜਿਹੜਾ ਕੋਟ ਹੋਵੇ 3-ਪੀਸ ਹੋਵੇ ਅਤੇ ਉਸ ਅਕੋਰਡਿੰਗ ਤੁਸੀਂ ਆਪਣੀ ਦਸਤਾਰ ਨੂੰ ਸਿਲੈਕਟ ਕਰ ਸਕਦੇ ਹੋ, ਪਰ ਜਦੋਂ ਆਪਾਂ ਥੋੜ੍ਹੀ ਜਿਹੀ ਕੰਟਰਾਸਟ ਮੈਚਿੰਗ ਕਰਦੇ ਹਾਂ ਤਾਂ ਵਿੱਚੋਂ ਆਹ 3 ਚੀਜ਼ਾਂ ਸੇਮ ਹੋਣੀਆਂ ਚਾਹੀਦੀਆਂ, ਠੀਕ ਹੈ। ਇਹਨਾਂ ਮੈਚਿੰਗ ਬੜੀ ਵਧੀਆ ਬਣਦੀ ਹੈ। ਦੇਖੋ, ਵਾਈਟ ਵਾਈਟ ਆ ਜਾਏਗੀ ਪਹਿਲਾਂ ਸ਼ਰਟ ਇਹਨਾਂ ਦੋਨਾਂ ਦੇ ਵਿੱਚ, ਠੀਕ ਹੈ, ਆਹ ਦੋਨੋਂ ਡਾਰਕ ਕਲਰ ਇਹਨਾਂ ਵਿੱਚ ਵਾਈਟ ਆ ਗਿਆ, ਠੀਕ ਹੈ ਜੀ। ਫਿਰ ਇਹਦੇ ਨੀਚੇ ਜਦੋਂ ਆਪਾਂ ਟਾਈ ਲਿਖਦੀ ਹੈ ਸਾਡੀ, ਆਪਣੀ ਇੱਥੋਂ ਟਾਈ ਟਾਈ ਤੋਂ ਬਾਅਦ ਜਿਹੜੀ ਸਪੇਸ ਬਚਦੀ ਹੈ ਉਹ ਤੋਂ ਬਾਅਦ ਸਾਨੂੰ ਸਾਡੀ ਟਰਾਊਜ਼ਰ ਦਿਖਦੀ ਹੈ, ਠੀਕ ਹੈ, ਜਿਹਨੂੰ ਆਪਾਂ ਪੈਂਟ ਵੀ ਕਹਿੰਦੇ ਹਾਂ, ਪਿਓਰ ਪੰਜਾਬੀ ਦੇ ਵਰਡ ਦਾ ਯੂਜ਼ ਕਰ ਰਿਹਾ ਵੈਸੇ ਮੈਂ। ਅਤੇ ਦੇਖੋ, ਇਸ ਤਰ੍ਹਾਂ ਦੀ ਮੈਚਿੰਗ ਨਾਲ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗੇਗਾ। ਦੇਖੋ, ਕਿਉਂਕਿ ਅੱਜ ਕੱਲ੍ਹ ਦੇ ਵੈਸੇ ਟ੍ਰੈਂਡ ਚੱਲ ਰਿਹਾ ਕਿ ਮਤਲਬ ਡਿਫਰੈਂਟ ਡਿਫਰੈਂਟ ਸਟਾਈਲਸ ਦੇ ਜਾਂ ਕਹਿ ਲਓ ਕਲਰਸ ਦੇ ਕੋਟ ਪੈਂਟਸ ਵਗੈਰਾ ਆ ਰਹੇ ਨੇ, ਅਤੇ ਬੰਦਾ ਆਪਣੇ ਮਨ ਦੇ ਮੁਤਾਬਿਕ ਵੀ ਮੈਚਿੰਗ ਬਣਾ ਸਕਦਾ ਹੈ। ਮੈਂ ਇਹ ਮੈਚਿੰਗ ਆਪਣੇ ਮਨ ਦੇ ਮੁਤਾਬਿਕ ਬਣਾਈ ਹੈ, ਤਾਂ ਮੇਰੇ ਜਿਹੜੇ ਦੋਸਤ ਨੇ ਜਾਂ ਮੇਰੇ ਵੀਰ ਜਿਹੜੇ ਵੀ ਵੀਡੀਓ ਦੇਖਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਆਵੇ ਕਿ ਜ਼ਰੂਰੀ ਨਹੀਂ ਕਿ ਤੁਹਾਨੂੰ ਜੋ ਕਿਹਾ ਜਾਵੇ ਤੁਸੀਂ ਹਮੇਸ਼ਾ ਉਹੀ ਕਰੋ, ਠੀਕ ਹੈ। ਜਿਹੜੀ ਮੈਚਿੰਗ ਤੁਹਾਨੂੰ ਪਸੰਦ ਹੈ ਤੁਸੀਂ ਉਹ ਕਰੋ, ਤੁਸੀਂ ਇਸ ਮੈਚਿੰਗ ਨੂੰ ਵੀ ਯੂਜ਼ ਕਰ ਸਕਦੇ ਹੋ। ਦੇਖੋ, ਠੀਕ ਹੈ, ਕਿਉਂਕਿ ਦੇਖੋ ਜਦੋਂ ਆਪਾਂ ਕਈ ਬ੍ਰਾਂਡਸ ਲੈਣ ਜਾਂਦੇ ਹਾਂ ਜਾਂ ਕੋਟ ਪੈਂਟ ਵਗੈਰਾ ਦੇ, ਤਾਂ ਉਹਦੇ ਵਿੱਚ ਸਾਨੂੰ ਬੜੀ ਜ਼ਿਆਦਾ ਕੋਸਟ ਜਿਹੜੀ ਆ ਬੇਅਰ ਕਰਨੀ ਪੈਂਦੀ ਹੈ, ਠੀਕ ਹੈ ਜੀ। ਅਤੇ ਉਸ ਨੂੰ ਦੂਰ ਕਰਨ ਲਈ ਆਪਾਂ ਕੀ ਕਰਾਂਗੇ, ਆਪਣੇ ਹਿਸਾਬ ਨਾਲ ਹਰ ਇੱਕ ਚੀਜ਼ ਤਿਆਰ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਕਿ ਮੈਂ ਅੱਜ ਕੀਤਾ, ਦੇਖੋ ਮੈਂ ਕੋਈ ਮਹਿੰਗੇ ਕੱਪੜੇ ਨਹੀਂ ਪਾਏ ਜ਼ਿਆਦਾ, ਮੈਂ ਬਸ ਆਪਣੇ ਹਿਸਾਬ ਨਾਲ ਸਲੈਕਟ ਕੀਤੀ ਹੈ ਸਾਰੀ ਡਰੈਸਅਪ ਦੀ, ਠੀਕ ਹੈ ਜੀ, ਦਸਤਾਰ ਤੋਂ ਲੈ ਕੇ ਆਪਣੇ ਸ਼ੂਜ਼ ਤੱਕ, ਠੀਕ ਹੈ। ਅਤੇ ਹੁਣ ਦੇਖੋ, ਕੋਈ ਵੀ ਚੀਜ਼ ਤੁਸੀਂ ਵੇਅਰ ਕਰਨੀ ਆ ਆਪਣੇ ਹਿਸਾਬ ਨਾਲ ਕਰਨੀ ਆ, ਠੀਕ ਹੈ, ਕੋਈ ਮਹਿੰਗੇ ਗੋਗਲਸ ਲੈਣ ਦੀ ਲੋੜ ਨਹੀਂ। ਦੇਖੋ, ਕੱਪੜੇ ਦੀ ਕੀਮਤ ਮਹਿੰਗਾ ਪਾਉਣ ਨਾਲ ਕਦੀ ਬੰਦੇ ਦੀ ਕੀਮਤ ਨਹੀਂ ਵੱਧਦੀ, ਠੀਕ ਹੈ ਜੀ। ਜਦੋਂ ਇੱਕ ਚੰਗਾ ਇਨਸਾਨ ਕਿਸੇ ਸਸਤੇ ਕੱਪੜੇ ਨੂੰ ਵੀ ਪਾਵੇ ਨਾ, ਤਾਂ ਉਸ ਕੱਪੜੇ ਦੀ ਕੀਮਤ ਵੱਧਦੀ ਹੈ, ਠੀਕ ਹੈ। ਮਹਿੰਗੇ ਕੱਪੜੇ ਪਾਉਣ ਨਾਲ ਕਦੀ ਬੰਦੇ ਦੀ ਕੀਮਤ ਨਹੀਂ ਵੱਧਦੀ ਹੈਗੀ, ਠੀਕ ਹੈ, ਬੰਦੇ ਦਾ ਦਿਲ ਵੱਡਾ ਛੋਟਾ ਨਹੀਂ ਹੋ ਜਾਂਦਾ ਮਹਿੰਗੇ ਕੱਪੜੇ ਪਾਉਣ ਨਾਲ, ਠੀਕ ਹੈ। ਇਸ ਲਈ ਇਸ ਗੱਲ ਨੂੰ ਧਿਆਨ 'ਚ ਰੱਖਿਓ ਕਿ ਤੁਸੀਂ ਕਿਸੇ ਵੀ ਚੀਜ਼ ਨੂੰ ਪਾਉਣ ਵੇਲੇ, ਹਾਂ, ਰੈਫਰੈਂਸ ਲਓ ਜਾਂ ਕਿਸੇ ਦੀ ਸਲਾਹ ਲਓ, ਪਰ ਮਰਜ਼ੀ ਤੁਸੀਂ ਆਪਣੀ ਕਰਨੀ ਹੈ, ਠੀਕ ਹੈ। ਮੈਨੂੰ ਇਹ ਮੈਚਿੰਗ ਬੈਸਟ ਲੱਗੀ, ਇਸ ਲਈ ਮੈਂ ਅੱਜ ਇਸ 'ਤੇ ਇੱਕ ਛੋਟਾ ਟਿਊਟੋਰੀਅਲ ਦਿੱਤਾ। ਜੇ ਤੁਹਾਨੂੰ ਪਸੰਦ ਆਵੇ ਤਾਂ ਤੁਸੀਂ ਵੀ ਟਰਾਈ ਕਰ ਸਕਦੇ ਹੋ। ਵੈਸੇ ਮੈਂ ਕਿਸੇ ਦੇ ਦੇਖੀ ਨਹੀਂ ਸੀ ਮੈਚਿੰਗ, ਚਲੋ ਮੈਂ ਅੱਜ ਟਰਾਈ ਕੀਤਾ, ਅਤੇ ਇਸ ਲਈ ਮੇਰੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ। ਆ ਦੇਖੋ, ਮੈਂ ਗੋਗਲਸ ਵੀਰੇ ਨਾਲ ਦੀਆਂ ਲਈਆਂ ਸੀ ਅੱਜ, ਠੀਕ ਹੈ ਜੀ। ਆ ਦੇਖੋ, ਇਹਨੇ ਐਕਚੁਲੀ ਤੁਸੀਂ ਜੇ ਚਾਹੋ ਤਾਂ ਤੁਸੀਂ ਰੁਮਾਲ ਹਟਾ ਕੇ ਤੁਸੀਂ ਗੋਗਲਸ ਵੀ ਕਦੀਆਂ ਰੱਖ ਸਕਦੇ ਹੋ, ਰੁਮਾਲ ਦੀ ਜਗ੍ਹਾ ਗੋਗਲਸ ਕੰਮ ਕਰਨਗੇ ਫਿਰ, ਠੀਕ ਹੈ ਜੀ। ਇਸ ਤਰੀਕੇ ਨਾਲ ਇਹ ਵੀ ਸੋਹਣੀਆਂ ਲੱਗਦੀਆਂ ਨੇ। ਤੁਸੀਂ ਹੈਂਕੀ ਵੀ ਯੂਜ਼ ਕਰ ਸਕਦੇ ਹੋ, ਜੇ ਤੁਸੀਂ ਐਨਕ ਨਹੀਂ ਲਾਣੀ, ਜੇ ਐਨਕ ਅੱਖਾਂ 'ਤੇ ਲਾਣੀ ਹੈ ਤਾਂ ਤੁਸੀਂ ਹੈਂਕੀ ਪਾ ਸਕਦੇ ਹੋ ਵਿੱਚ, ਜੇ ਐਨਕ ਟਿਕਾਣੀ ਹੈ ਤਾਂ ਹੈਂਕੀ ਕੱਢ ਕੇ ਇਕੱਲੀ ਐਨਕ ਨੂੰ ਹੀ ਤੁਸੀਂ ਰੱਖ ਸਕਦੇ ਹੋ ਆਪਣੇ ਕੋਲ, ਠੀਕ ਹੈ। ਪਿਓਰ ਪੰਜਾਬੀ 'ਚ ਸਮਝਾ ਰਹੇ ਆਪਣੇ ਸਾਰੇ ਵੀਰਾਂ ਨੂੰ, ਤੁਸੀਂ ਕਿਸੇ ਵੀ ਤਰੀਕੇ ਦੀ ਮੈਚਿੰਗ ਕਰ ਸਕਦੇ ਹੋ। ਤੁਹਾਨੂੰ ਕੋਈ ਲੋੜ ਨਹੀਂ ਕਿ ਤੁਸੀਂ ਇੱਕ ਪਰਟੀਕੁਲਰ ਮੈਚਿੰਗ ਹੀ ਕਰਨੀ ਹੈ, ਤੁਹਾਡੇ ਮਨ 'ਚ ਬੈਠ ਗਿਆ ਹੋਇਆ ਕਿ ਤੁਸੀਂ ਪੂਰਾ ਸਿੰਪਲ ਕੋਟ ਪੈਂਟ ਉੱਪਰੋਂ ਲੈ ਕੇ ਸਿਰ ਤੱਕ, ਸਿਰ ਤੋਂ ਲੈ ਕੇ ਪੈਰਾਂ ਤੱਕ ਇੱਕੋ ਹੀ ਮੈਚਿੰਗ ਕਰਨੀ ਹੈ। ਜ਼ਰੂਰੀ ਨਹੀਂ ਤੁਸੀਂ ਕੰਟਰਾਸਟ ਮੈਚਿੰਗ ਕਰ ਸਕਦੇ ਹੋ, ਸਾਰੇ ਤੋਂ ਅਲੱਗ ਦੇਖ ਸਕਦੇ ਹੋ, ਪਰ ਤੁਹਾਡੀ ਮੈਚਿੰਗ ਵਧੀਆ ਹੋਏਗੀ। ਪਰ ਜ਼ਿਆਦਾ ਕੰਟਰਾਸਟ ਮੈਚਿੰਗ ਨਹੀਂ ਕਰਨੀ ਕਦੇ ਵੀ ਆਪਾਂ, ਠੀਕ ਹੈ, ਇਸ ਗੱਲ ਦਾ ਧਿਆਨ ਰੱਖਿਓ। ਜਦੋਂ ਜ਼ਿਆਦਾ ਕੰਟਰਾਸਟ ਮੈਚਿੰਗ ਕੀਤੀ ਉਦੋਂ ਥੋੜ੍ਹਾ ਓਡ ਲੱਗਦਾ, ਇਹ ਮੈਂ ਗੱਲ ਕਹਾਂਗਾ। ਤੁਸੀਂ ਜੇ ਇਸ ਕਲਰ ਦਾ ਰੈੱਡ ਕਲਰ ਦਾ ਜੇ ਬਲੇਜ਼ਰ ਪਾਉਂਦੇ ਹੋ ਜਾਂ ਕੋਟ ਪਾਉਂਦੇ ਹੋ ਤਾਂ ਥੋੜ੍ਹਾ ਓਡ ਲੱਗੇਗਾ ਉਹ। ਹਮੇਸ਼ਾ ਡਾਰਕ ਕਲਰ ਨਾ ਇੱਕ ਲਾਈਟ ਕਲਰ ਪਾਓ ਜਿਹੜਾ ਕਿ ਇੱਕ ਜੈਨੂਇਨ ਜਿਹਾ ਕਲਰ ਲੱਗੇ, ਠੀਕ ਹੈ। ਜੈਂਟਲਮੈਨ ਟਾਈਪ ਲੱਗਣਾ ਚਾਹੀਦਾ ਤੁਹਾਨੂੰ ਕਦੀ ਵੀ। ਇੱਕ ਜਦੋਂ ਆਪਾਂ ਡਾਰਕ ਨਾਲ ਡਾਰਕ ਪਾਉਂਦੇ ਹਾਂ ਨਾ, ਤਾਂ ਉਹ ਉੱਥੇ ਹੀ ਸੋਹਣਾ ਲੱਗਦਾ ਆ ਜਿੱਥੇ ਸਾਡੀ ਮੈਚਿੰਗ, ਮਤਲਬ ਜੇ ਆਪਾਂ ਇਸ ਚੀਜ਼ ਨਾਲ ਬਲੈਕ ਪਾਈਏ ਤਾਂ ਬਲੈਕ ਵੀ ਥੋੜ੍ਹਾ ਮੋਟਾ ਠੀਕ ਲੱਗੇਗਾ, ਠੀਕ ਹੈ। ਜੇ ਇਹਦੇ ਨਾਲ ਨੇਵੀ ਬਲੂ ਪਾ ਲਈਏ ਤਾਂ ਥੋੜ੍ਹਾ ਓਡ ਲੱਗੇਗਾ, ਕਿਉਂਕਿ ਨੇਵੀ ਬਲੂ ਅਤੇ ਆ ਡਾਰਕ ਬਲੂ ਹੈ, ਇਹ ਹੈਗਾ ਮੋਰ ਪੰਖੀਆ ਕਲਰ। ਜੇ ਇਹਨਾਂ ਅਸੀਂ ਡਾਰਕ ਬਲੂ ਕਲਰ ਦਾ ਕੋਟ ਪਾਈਏ ਤਾਂ ਉਹ ਸੋਹਣਾ ਨਹੀਂ ਲੱਗੇਗਾ, ਇਹਨਾਂ ਹਮੇਸ਼ਾ ਲਾਈਟ ਕਲਰ ਹੀ ਜ਼ਿਆਦਾ ਸੋਹਣਾ ਲੱਗਣਾ। ਜਿਹੜਾ ਬਲੈਕ ਕਲਰ ਹੁੰਦਾ ਉਹ ਹੁੰਦਾ ਆ
पूरे सीजन चलने वाला कलर, तुसी किसी भी चीज़ ना ब्लैक वेयर कर सकते हो, चाहे वो शू हो, चाहे वो कोट हो, चाहे शर्ट हो, चाहे पग हो, चाहे टाई हो, चाहे शू हो, कुछ भी हो, तुसी ब्लैक हर एक चीज़ ना चला सकते हो। पर जी लाइट डार्क की मैचिंग होंगी ना, ये तुम थोड़ा सोचना पैदा है, ठीक है जी। इस गल का ध्यान रखियो, इस वीडियो में पसंद आई हो तो शेयर जरूर करो। अपनी पहली वीडियो है ड्रेस पर, हर एक चीज़ से एक वीडियो लेके आवेंगे असी। तो हम मेरे सारे वीर दिन मैनू दियो इजाजत है। वाहेगुरू जी का खालसा, वाहेगुरू जी की फतेह।